ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ 'ਚ ਬਰਗਾੜੀ ਵਿਖੇ ਸਿੱਖਾਂ ਵੱਲੋਂ ਮੋਰਚਾ ਖੋਲਿਆ ਗਿਆ ਹੈ। ਉੱਥੇ ਇਸ ਮੋਰਚੇ ਵਿੱਚ ਸ਼ਾਮਿਲ ਹੋਣ ਜਾ ਰਹੇ ਸਿੱਖ ਨੌਜਵਾਨਾਂ ਨਾਲ ਇੱਕ ਪੁਲਿਸ ਅਧਿਕਾਰੀ ਵੱਲੋਂ ਬੇਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣੋ ਪੂਰੀ ਰਿਪੋਰਟ। ਦਰਅਸਲ ਮਾਮਲਾ ਇੰਜ ਹੈ ਕਿ ਕੁਝ ਸਿੱਖ ਜਥੇਬੰਦੀ ਮੋਗਾ ਤੋਂ ਬਰਗਾੜੀ ਸਿੱਖ ਮੋਰਚਾ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਮੋਗਾ ਤੋਂ ਬਰਗਾੜੀ ਰਸਤੇ ਵਿੱਚ ਜਦੋਂ ਸਿੱਖ ਜਥੇਬੰਦੀਆਂ ਦੀ ਬੱਸ ਕੋਟਕਪੁਰਾ ਵਿੱਚ ਰੁਕੀ ਤਾਂ ਇੱਕ ਸਿੱਖ ਨੌਜਵਾਨ ਨੇ ਕੋਟਕਪੁਰਾ ਲਾਈਟਾਂ ਤੇ ਲੱਗਾ ਧਿਮਾਨ ਸਿੰਘ ਮੰਡ ਦੇ ਲੱਗੇ ਫਲੈਕਸ ਬੋਰਡ ਦਾ ਵਿਰੋਧ ਕੀਤਾ, ਕਿਉਂਕਿ ਇਹ ਫਲੈਕਸ ਬੋਰਡ ਉਹਨਾਂ ਨੂੰ ਲੰਘਣ ਵਿੱਚ ਮੁਸ਼ਕਿਲ ਪੈਦਾ ਕਰ ਰਿਹਾ ਸੀ। ਜਦੋਂ ਇਸ ਦੀ ਸ਼ਿਕਾਇਤ ਸਿੱਖ ਨੌਜਵਾਨ ਨੇ ਉੱਥੇ ਤੈਨਾਤ ਇੱਕ ਪੁਲਿਸ ਮੁਲਾਜ਼ਮ ਨੂੰ ਕੀਤੀ ਤਾਂ ਉਹਨਾਂ ਵਿੱਚ ਆਪਸੀ ਬਹਿਸ ਹੋਈ ਤੇ ਪੁਲਿਸ ਮੁਲਾਜ਼ਮ ਨੇ ਸਿੱਖ ਨੌਜਵਾਨ ਦੀ ਦਸਤਾਰ ਤੇ ਹੱਥ ਪਾਇਆ ਤੇ ਦਸਤਾਰ ਗੰਦੇ ਪਾਣੀ ਵਿੱਚ ਸੁੱਟ ਦਿੱਤਾ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਗੁੱਸੇ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਇਸ ਮਾਮਲੇ 'ਚ ਪੀੜਿਤ ਸਿੱਖ ਨੌਜਵਾਨ ਦਾ ਕੀ ਕਹਿਣਾ ਹੈ। ਅਸੀਂ ਮੋਗੇ ਤੋਂ ਆ ਰਹੇ ਸੀ ਜੀ ਕਿਸੇ ਸਿੰਘ ਨੂੰ ਮਿਲ ਕੇ, ਤੇ ਮੋਗੇ ਤੋਂ ਆ ਕੇ ਅਸੀਂ ਬਠਿੰਡਾ ਰੋਡ ਤੇ ਉੱਤੇ ਕੋਟਕਪੁਰੇ ਹੀ ਉਤਰ ਗਏ ਤੇ ਬਰਗਾੜੀ ਜਾਣ ਨੂੰ ਬੱਸ ਉਡੀਕ ਰਹੇ ਸੀਗੇ ਤੇ ਤੇ ਬੈਨਰ ਵੱਲ ਵੇਖਿਆ ਤਾਂ ਬੈਨਰ ਉੱਪਰ ਬੈਨਰ ਲਗਾਇਆ ਗਿਆ ਸੀਗਾ। ਅਸੀਂ ਪੁਲਿਸ ਵਾਲਿਆਂ ਨੂੰ ਸ਼ਾਂਤ ਮੀਂਹ ਦੇ ਵਿੱਚ ਬੇਨਤੀ ਕੀਤੀ ਵੀ ਇਹ ਬੈਨਰ ਥੋੜ੍ਹਾ ਜਿਹਾ ਤੁਹਾਡੀ ਆ ਕੇ ਹੋਏ ਤਾਂ ਸਾਈਡ 'ਤੇ ਲਗਾਇਆ ਜਾਵੇ। ਉਹ ਕਹਿੰਦੇ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਗੀ ਇਸ ਬਾਰੇ। ਅਸੀਂ ਕਿਹਾ ਚਲੋ ਠੀਕ ਆ, ਅਸੀਂ ਇੰਨੀ ਗੱਲ ਕਹਿ ਕੇ ਅਸੀਂ ਬੱਸ ਚੜ੍ਹਨ ਲੱਗੇ ਸੀਗੇ। ਇੱਥੇ ਮਹੰਤ ਸੁੰਦਰ ਦਾਸ ਜੀ ਪਹੁੰਚੇ ਹੋਏ, ਅਸੀਂ ਉਹਨਾਂ ਨੂੰ ਵੇਖਿਆ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਉਹਨਾਂ ਨੇ ਸਾਨੂੰ ਇਹ ਆਖਿਆ ਵੀ ਤੁਸੀਂ ਸਿੰਘ ਨਾਲ ਲਿਆਇਓ, ਹੁਣ ਕੋਈ ਗੱਲ ਨਾ ਕਰੋ। ਅਸੀਂ ਉਹਨਾਂ ਦੀ ਬੇਨਤੀ ਮੰਨ ਕੇ ਬੱਸ ਚੜ੍ਹ ਚੱਲੇ ਸੀਗੇ ਅਤੇ ਬੱਸ ਚੜ੍ਹ ਗਏ, ਬੱਸ ਦੇ ਵਿੱਚ ਉਹਨੇ ਸਾਨੂੰ ਬਾਂਹ ਫੜ ਕੇ ਲਾਇਆ ਅਤੇ ਅਸੀਂ ਉੱਤਰ ਗਏ। ਉਹਨੇ ਉੱਤਰਦੇ ਸਾਰੀ ਮੇਰੇ ਥੱਪੜ ਮਾਰੇ ਆ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਬਿਊਰੋ ਰਿਪੋਰਟ ਦੀ ਐਨਆਰਆਈ ਟੀਵੀ।